24 ਘੰਟੇ ਮੁਫਤ ਬਿਜਲੀ ਦੇਣ ਦਾ ਪੰਜਾਬ ਦੇ ਲੋਕਾਂ ਨਾਲ ਤੁਸੀਂ ਗਾਰੰਟੀ ਦਿੱਤੀ ਸੀਗੀ। ਔਰ ਜੋ ਹਸਪਤਾਲਾਂ ਦਾ ਹਾਲ ਹੋਇਆ, ਕੱਲ੍ਹ ਵੀ ਰਜਿੰਦਰਾ ਹਸਪਤਾਲ ਇੱਕ ਮੌਤ ਹੋਈ ਹੈ ਜਦੋਂ ਲਾਈਟ ਗਈ ਉਹਦੇ 2 ਘੰਟੇ ਬਾਅਦ। ਪਿੰਡਾਂ 'ਚ ਕਿਸਾਨਾਂ ਲਈ ਬਿਜਲੀ ਨਹੀਂ ਜਾ ਰਹੀ ਔਰ ਘਰੇਲੂ ਜਿਹੜੇ ਉਤਪਾਦਕ ਨੇ ਉਹ ਤੰਗ ਨੇ। ਜਿਹੜੇ ਨਵੇਂ ਥਰਮਲ ਪਲਾਂਟ ਹੈ, ਜਿਹੜੀ ਪੁਰਾਣੀਆਂ ਗਰੰਟੀਆਂ ਉਹਨਾਂ ਦਾ ਕੀ ਹੈ, ਉਹਦਾ ਜਵਾਬਦੇਹੀ ਕੌਣ ਹੈ ਜੀ, ਅਕਾਊਂਟੇਬਿਲਟੀ ਉਹਦੀ ਕਿਹਦੀ ਫਿਕਸ ਕਰਨੀ ਹੈ? ਸੋ ਇਹ ਸਾਰੇ ਜਵਾਬ ਨੇ ਜਿਹੜੇ ਨਵੇਂ ਥਰਮਲ ਪਲਾਂਟ ਤਾਂ ਬਹੁਤ ਵੱਡੀਆਂ ਗੱਲਾਂ ਨੇ, ਤੁਸੀਂ ਪੁਰਾਣਿਆਂ ਨੂੰ ਹੀ ਠੀਕ ਤਰੀਕੇ 'ਚ ਲਾ ਲਓ, ਤੁਸੀਂ ਬਿਜਲੀ ਘਰਾਂ 'ਚ ਠੀਕ ਤਰੀਕੇ ਨਾਲ ਭੇਜ ਦਿਓ, ਕਚਹਿਰੀਆਂ 'ਚ ਬਿਜਲੀ ਨਹੀਂ ਜਾ ਰਹੀ ਜਿੱਥੇ ਹੋਟਲਾਈਨ ਹੁੰਦੀ ਹੈ, ਹਸਪਤਾਲਾਂ 'ਚ ਬਿਜਲੀ ਨਹੀਂ ਜਾ ਰਹੀ ਜਿੱਥੇ ਮੌਤਾਂ ਹੋ ਰਹੀਆਂ ਨੇ। ਇਹਦਾ ਜਵਾਬ ਦੇ ਕੌਣ? ਨਵੇਂ ਥਰਮਲ ਪਲਾਂਟ ਤਾਂ ਪਤਾ ਨਹੀਂ ਅਗਲੀ ਸਰਕਾਰ ਦੇਵੇ, ਕਿਹੜੀ ਸਰਕਾਰ ਦੇਵੇ। ਵੱਡੀਆਂ ਵੱਡੀਆਂ ਗੱਲਾਂ ਕਰਨ ਨਾਲ ਧਰਾਤਲ 'ਤੇ ਕੋਈ ਫਰਕ ਨਹੀਂ ਪੈਣਾ, ਚੁਟਕਲੇ ਸੁਣਾਉਣ ਨਾਲ ਕੋਈ ਫਰਕ ਨਹੀਂ ਪੈਣਾ। ਸਰਕਾਰ ਦੇ ਖਿਲਾਫ ਯੂਥ ਕਾਂਗਰਸ ਦਾ ਹੱਲਾ ਬੋਲ, ਬਿਜਲੀ ਦੇ ਲੱਗ ਰਹੇ ਲੰਮੇ ਲੰਮੇ ਕੱਟਾਂ ਦੇ ਮੁੱਦੇ ਨੂੰ ਲੈ ਕੇ ਪਟਿਆਲਾ ਬਿਜਲੀ ਬੋਰਡ ਦੇ ਹੈੱਡ ਆਫਿਸ ਦੇ ਬਾਹਰ ਲਾਇਆ ਧਰਨਾ। ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਕਿਹਾ, ਸਰਕਾਰ ਵੱਲੋਂ ਬਿਜਲੀ ਦੀਆਂ ਦਿੱਤੀਆਂ ਗਈਆਂ ਗਾਰੰਟੀਆਂ ਪੂਰੀ ਤਰ੍ਹਾਂ ਫੇਲ ਹੈ, ਸਰਕਾਰ ਕਿਸਾਨਾਂ ਨੂੰ ਵੀ ਬਿਜਲੀ ਦੇਣ 'ਚ ਫੇਲ ਸਾਬਿਤ ਹੋਈ। ਮੋਹਿਤ ਮਹਿੰਦਰਾ ਵੱਲੋਂ ਰਾਜਿੰਦਰਾ ਡਾਕਟਰਾਂ ਉੱਪਰ ਗੰਭੀਰ ਆਰੋਪ ਲਗਾਉਂਦੇ ਹੋਏ ਕਿਹਾ ਕਿ ਪਿਛਲੇ ਦਿਨੀ ਡਾਕਟਰਾਂ ਵੱਲੋਂ ਹਨੇਰੇ 'ਚ ਹੀ ਆਪਰੇਸ਼ਨ ਕਰ ਦਿੱਤਾ, ਹੋਸਪਿਟਲ ਦੀ ਬਿਜਲੀ ਕਾਫੀ ਸਮੇਂ ਤੋਂ ਗੁੱਲ ਸੀ। ਦੇਖੋ ਗੱਲ ਇਹ ਹੈ ਕਿ ਪੰਜਾਬ ਦੇ ਲੋਕਾਂ ਨਾਲ ਮੁੱਖ ਮੰਤਰੀ ਸਾਹਿਬ ਨੇ 2022 ਦੇ ਵਿੱਚ ਵਾਅਦਾ ਕੀਤਾ ਸੀਗਾ ਕਿ ਅਸੀਂ ਗਾਰੰਟੀ ਦਿੰਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ 24 ਘੰਟੇ ਬਿਜਲੀ ਔਰ ਮੁਫਤ ਬਿਜਲੀ ਮੁਹੱਈਆ ਕਰਾਈ ਜਾਊਗੀ। ਔਰ ਪਿਛਲੇ ਹਫ਼ਤੇ ਤੋਂ ਜੋ ਮਾਹੌਲ ਬਣਿਆ, ਇੱਕ ਬਿਜਲੀ ਸੰਕਟ ਪੰਜਾਬ ਦੇ ਵਿੱਚ ਪੈਦਾ ਹੋ ਗਿਆ, ਇਲੈਕਟ੍ਰੀਸਿਟੀ ਕ੍ਰਾਈਸਿਸ ਪੰਜਾਬ ਦੇ ਵਿੱਚ ਪੈਦਾ ਹੋ ਗਈ ਹੈ, ਔਰ ਉਹਦੀ ਜਵਾਬਦੇਹੀ ਔਰ ਸਰਕਾਰ ਨੂੰ ਯਾਦ ਦਿਵਾਉਣ ਕਿ ਤੁਸੀਂ 24 ਘੰਟੇ ਮੁਫਤ ਬਿਜਲੀ ਦੇਣ ਦਾ ਪੰਜਾਬ ਦੇ ਲੋਕਾਂ ਨਾਲ ਤੁਸੀਂ ਗਾਰੰਟੀ ਦਿੱਤੀ ਸੀਗੀ। ਔਰ ਜੋ ਹਸਪਤਾਲਾਂ ਦਾ ਹਾਲ ਹੋਇਆ, ਕੱਲ੍ਹ ਵੀ ਰਜਿੰਦਰਾ ਹਸਪਤਾਲ ਇੱਕ ਮੌਤ ਹੋਈ ਹੈ ਜਦੋਂ ਲਾਈਟ ਗਈ ਉਹਦੇ 2 ਘੰਟੇ ਬਾਅਦ, ਔਰ ਵੱਡੇ ਵੱਡੇ ਕੱਟ ਹਸਪਤਾਲਾਂ 'ਚ ਲੱਗ ਰਹੇ ਨੇ, ਪਿੰਡਾਂ 'ਚ ਕਿਸਾਨਾਂ ਲਈ ਬਿਜਲੀ ਨਹੀਂ ਜਾ ਰਹੀ ਔਰ ਘਰੇਲੂ ਜਿਹੜੇ ਉਤਪਾਦਕ ਨੇ ਉਹ ਤੰਗ ਨੇ, 10-10 ਘੰਟਿਆਂ ਦੇ ਜਿਹੜੇ ਕਰੰਟ ਨਹੀਂ ਆ ਰਿਹਾ ਔਰ ਬਿਜਲੀ ਨਹੀਂ ਆ ਰਹੀ, ਕੱਟ ਲੱਗ ਰਹੇ ਨੇ 10-10 ਘੰਟਿਆਂ ਦੇ ਸਾਰੇ ਪੰਜਾਬ ਦੇ ਵਿੱਚ। ਇਹ ਪੰਜਾਬ ਦੇ ਲੋਕਾਂ ਦਾ ਜਿਹੜਾ ਦਰਦ ਹੈ ਉਹ ਪੰਜਾਬ ਯੂਥ ਕਾਂਗਰਸ ਅੱਜ ਉਹਨੇ ਹਾਈਲਾਈਟ ਕੀਤਾ ਹੈ ਔਰ PSPCL ਦੇ ਸਾਹਮਣੇ ਆ ਕੇ ਸਰਕਾਰ ਨੂੰ ਔਰ ਮੁੱਖ ਮੰਤਰੀ ਸਾਹਿਬ ਨੂੰ ਯਾਦ ਦਿਵਾਉਣ ਆਏ ਹੈ ਕਿ ਤੁਹਾਡੀ ਇਹ ਗਾਰੰਟੀ ਸੀਗੀ, ਉਸ ਗਾਰੰਟੀ ਨੂੰ ਭੁੱਲੋ ਨਾ, ਯਾਦ ਕਰਵਾਉਣ ਲਈ ਪੰਜਾਬ ਦੇ ਲੋਕ ਇਕੱਠੇ ਹੋ ਰਹੇ ਨੇ। ਅਗਲਾ ਬੈਠੇ ਹੋ ਰਹੇ ਸੀ, ਉਸ ਤੋਂ ਬਾਅਦ ਬੈਠੇ ਹੈ, ਜਦ ਤੱਕ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਜਾਂ ਸਾਡਾ ਮੈਸੇਜ ਮੁੱਖ ਮੰਤਰੀ ਸਾਹਿਬ ਤੱਕ ਨਹੀਂ ਜਾਂਦਾ, ਅਸੀਂ ਬੈਠੇ ਹਾਂ ਔਰ ਸਰਕਾਰ ਨੂੰ ਇਹ ਗੱਲ ਯਾਦ ਦਵਾ ਕੇ ਜਾਵਾਂਗੇ। PSPCL ਜਿੱਥੋਂ ਸੰਚਾਲਨ ਹੁੰਦਾ, ਸਾਰੀ ਪੰਜਾਬ ਦੀ ਬਿਜਲੀ ਦਾ ਵਿਤਰਨ ਹੁੰਦਾ, ਉੱਥੋਂ ਅਸੀਂ ਇਹ ਮੈਸੇਜ ਦੇਣ ਆਏ ਹਾਂ ਕਿ ਪੰਜਾਬ ਦੇ ਲੋਕਾਂ ਦਾ ਦਰਦ ਬਹੁਤ ਵੱਡਾ ਹੈ ਔਰ ਇਹਨੂੰ ਸਾਂਭਣ ਦੀ ਲੋੜ ਹੈ, ਇਹਦੇ 'ਤੇ ਕੁਛ ਕਰਨ ਦੀ ਲੋੜ ਹੈ। ਜਿਹੜੇ ਨਵੇਂ ਥਰਮਲ ਪਲਾਂਟ ਹੈ, ਜਿਹੜੀ ਪੁਰਾਣੀਆਂ ਗਾਰੰਟੀਆਂ ਉਹਨਾਂ ਦਾ ਕੀ ਹੈ, ਉਹਦਾ ਜਵਾਬਦੇਹੀ ਕੌਣ ਹੈ ਜੀ, ਅਕਾਊਂਟੇਬਿਲਟੀ ਉਹਦੀ ਕਿਹਦੀ ਫਿਕਸ ਕਰਨੀ ਹੈ? ਸੋ ਇਹ ਸਾਰੇ ਜਵਾਬ ਨੇ ਜਿਹੜੇ ਨਵੇਂ ਥਰਮਲ ਪਲਾਂਟ ਤਾਂ ਬਹੁਤ ਵੱਡੀਆਂ ਗੱਲਾਂ ਨੇ, ਤੁਸੀਂ ਪੁਰਾਣਿਆਂ ਨੂੰ ਹੀ ਠੀਕ ਤਰੀਕੇ 'ਚ ਲਾ ਲਓ, ਤੁਸੀਂ ਬਿਜਲੀ ਘਰਾਂ 'ਚ ਠੀਕ ਤਰੀਕੇ ਨਾਲ ਭੇਜ ਦਿਓ, ਕਚਹਿਰੀਆਂ 'ਚ ਬਿਜਲੀ ਨਹੀਂ ਜਾ ਰਹੀ ਜਿੱਥੇ ਹੋਟਲਾਈਨ ਹੁੰਦੀ ਹੈ, ਹਸਪਤਾਲਾਂ 'ਚ ਬਿਜਲੀ ਨਹੀਂ ਜਾ ਰਹੀ ਜਿੱਥੇ ਮੌਤਾਂ ਹੋ ਰਹੀਆਂ ਨੇ। ਇਹਦਾ ਜਵਾਬਦੇਹ ਕੌਣ? ਨਵੇਂ ਥਰਮਲ ਪਲਾਂਟ ਤਾਂ ਪਤਾ ਨਹੀਂ ਅਗਲੀ ਸਰਕਾਰ ਦੇਵੇ, ਕਿਹੜੀ ਸਰਕਾਰ ਦੇਵੇ। ਵੱਡੀਆਂ ਵੱਡੀਆਂ ਗੱਲਾਂ ਕਰਨ ਨਾਲ ਧਰਾਤਲ 'ਤੇ ਕੋਈ ਫਰਕ ਨਹੀਂ ਪੈਣਾ, ਚੁਟਕਲੇ ਸੁਣਾਉਣ ਨਾਲ ਕੋਈ ਫਰਕ ਨਹੀਂ ਪੈਣਾ। ਅੱਜ ਸਾਡੇ ਪੰਜਾਬ ਦੇ ਨਵ ਨਿਯੁਕਤ ਇੰਚਾਰਜ ਰਸ਼ਿੰਦਰ ਮਹਾਰ ਜੀ ਵੱਲੋਂ
ਅੱਜ ਸਟੇਟ ਲੈਵਲ ਦਾ ਇੱਕ ਪ੍ਰੋਟੈਸਟ ਰੱਖਿਆ ਸੀਗਾ, ਜਿਹੜੇ ਕਿ ਕਾਫੀ ਦਿਨਾਂ ਤੋਂ ਬਿਜਲੀ ਦੇ ਕੱਟ ਲੱਗ ਰਹੇ ਨੇ, ਉਹਨਾਂ ਨੂੰ ਅੱਜ ਬਿਜਲੀ ਦੇ ਹੈੱਡ ਆਫਿਸ ਆ ਸਾਰੀ ਸਾਡੀ ਯੂਥ ਕਾਂਗਰਸ ਦੀ ਅਗਵਾਈ ਕਰਦੇ ਸਾਡੇ ਵਾਈਸ ਪ੍ਰਧਾਨ ਉਦੇਵੀਰ ਸਿੰਘ ਢਿੱਲੋਂ ਜੀ ਤੇ ਸਾਡੇ ਸਾਰੇ ਜ਼ਿਲ੍ਹਿਆਂ ਦੇ ਸਾਥੀ ਨਾਲ ਆ ਕੇ ਅੱਜ ਅਸੀਂ ਇਹਦੇ ਪ੍ਰੋਟੈਸਟ ਅਫਸਰਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜਿਹੜੀ ਇਹ ਸਰਕਾਰ ਪਿਛਲੇ ਸਮਿਆਂ ਦੌਰਾਨ ਜਿਹੜੀ 24 ਘੰਟੇ ਬਿਜਲੀ ਦੀ ਗੱਲ ਕਰਦੀ ਸੀ, ਸਰਪਲਸ ਬਿਜਲੀ ਦੀ ਗੱਲ ਕਰਦੀ ਸੀ, ਅੱਜ ਉਹ ਕਿੱਥੇ ਗਈ ਬਿਜਲੀ? ਅੱਜ ਜਿਹੜੀ ਕਿ ਇੰਨੀ ਗਰਮੀ 'ਚ ਜਿਹੜੀ ਕਿ ਅੱਜ ਝੋਨੇ ਦੀ ਬਿਜਾਈ ਦਾ ਸਮਾਂ ਚੱਲ ਰਿਹਾ, ਜਿਹੜੇ ਕਿ ਕਿਸਾਨ ਕਹਿ ਰਹੇ ਨੇ ਪੰਜ ਚਾਰ ਦਿਨਾਂ ਤੋਂ ਬਿਜਲੀ ਦੇ ਕੱਟ ਲੱਗ ਰਹੇ ਨੇ, ਉਹਨਾਂ ਨੂੰ ਪਾਣੀ ਨਹੀਂ ਮਿਲ ਰਿਹਾ, ਉਹਨਾਂ ਦੀ ਫਸਲ ਜਿਹੜੀ ਉਗਾ ਰਹੇ ਨੇ ਝੋਨਾ ਲਗਾ ਰਹੇ, ਉਹਨਾਂ ਦਾ ਜ਼ਿੰਮੇਵਾਰ ਕੌਣ ਹੋਏਗਾ? ਤੁਸੀਂ ਜਿਹੜੀ ਕਿ ਰਜਿੰਦਰਾ ਹੋਸਪਿਟਲ 'ਚ ਜਿਹੜੇ ਕਿ 4-5 ਦਿਨਾਂ ਪਹਿਲਾਂ ਤੁਸੀਂ ਦੇਖਿਆ, ਉੱਥੇ ਇੱਕ ਮੌਤ ਵੀ ਹੋਈ ਹੈ, ਪਲੱਸ ਉੱਥੇ ਓਪਰੇਸ਼ਨ ਬਿਜਲੀ ਟੌਰਚ ਨਾਲ ਕੀਤਾ ਗਿਆ, ਜਿਹੜੀ ਕਿ ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਫਿਕਰ, ਜਿਹੜੀ ਕਿ ਫੈਕਟਰੀਆਂ ਚੱਲ ਰਹੀਆਂ ਉੱਥੇ ਲਾਈਟ ਦੇ ਕੱਟ ਗੱਲ ਕਰਦੇ ਹਾਂ, ਆਮ ਘਰਾਂ ਦੇ ਘਰੇਲੂ ਦੀ ਬਿਜਲੀ ਦੇ ਕੱਟਾਂ ਦੀ ਗੱਲ ਕਰਦੇ ਹਾਂ, ਅਸੀਂ ਸਵਾਲ ਪੁੱਛਣ ਆਏ ਹਾਂ, ਇਹ ਸਰਕਾਰ ਅੱਜ ਸੁੱਤੀ ਪਈ, ਸਰਕਾਰ ਨੂੰ ਜਗਾਉਣਾ ਹੈ ਵੀ ਜਾਂ ਤਾਂ ਜਿਹੜੇ ਲੋਕਾਂ ਦੀਆਂ ਇਹ ਆਵਾਜ਼ਾਂ ਨੂੰ ਆਵਾਜ਼ ਸੁਣੋ, ਅਤੇ ਜਿਹੜੀ ਇਹ ਝੂਠੇ ਵਾਅਦੇ ਕਰਕੇ ਜਿਹੜੀ ਸਰਕਾਰ ਆਈ ਸੀ, ਇਹਨਾਂ ਨੂੰ ਜਾਂ ਤਾਂ ਸਰਕਾਰ ਅਸਤੀਫਾ ਦੇਵੇ ਭਗਵੰਤ ਮਾਨ, ਜਾਂ ਇਹ ਜਿਹੜੇ ਬਿਜਲੀ ਦੇ ਕੱਟ ਲੱਗ ਜਾਂ ਹੋਰ ਮਸਲੇ ਇਹਨਾਂ ਦਾ ਹੱਲ ਕੀਤਾ ਜਾਵੇ। ਬਿਲਕੁਲ ਜੀ, ਹੁਣ ਬਿਜਲੀ ਨੁਮਾਇੰਦੇ ਨੇ ਗੱਲ ਹੋਈ ਹੈ ਜੀ, ਹੁਣ SDM ਸਾਹਿਬ ਅਤੇ ਬਿਜਲੀ ਦੇ ਆਫਿਸਰ ਸੀਨੀਅਰ ਆਫਿਸਰ ਸਾਹਿਬਾਨ ਆ ਰਹੇ ਨੇ, ਉਹਨਾਂ ਨੂੰ ਅਸੀਂ ਮੰਗ ਪੱਤਰ ਦੇਵਾਂਗੇ, ਜੇ ਇਹਨਾਂ ਨੇ ਇਸ 'ਤੇ ਕੋਈ ਹੱਲ ਨਾ ਕੀਤਾ ਅਸੀਂ ਇੱਦਾਂ ਫਿਰ ਦੁਬਾਰਾ ਇੱਥੇ ਪੱਕੇ ਤੌਰ 'ਤੇ ਧਰਨਾ ਲਾਏਗੀ ਯੂਥ ਕਾਂਗਰਸ।